ਨਡਾਲਾ ਚ ਤੋਂ ਦਿਨਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਹੋਈ ਸ਼ੁਰੂ ਐਥਨ ਰਾਲਾ ਵਿਖੇシャレ ਮੀ ਸੀਨੀਅਰ ਪੰਜਾਬ ਸਟੇਟ ਪਾਵਰ ਲਿਫਟਿੰਗ ਅਤੇ ਬੈਂਚ ਪ੍ਰੈਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਗੁਰੂ ਨਾਨਕ ਪ੍ਰੇਮ ਕਾਲਜ ਨਡਾਲਾ ਵਿਖੇ ਹੋਈ ਜਿਸ ਦਾ ਰਸਮੀ ਉਦਘਾਟਨ ਕਾਰਜ ਪ੍ਰਬੰਧਕੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੰਤਰ ਲੋਕ ਸਿੰਘ ਨੇ ਕੀਤਾ ਇਸ ਮੌਕੇ ਕਰਵਾਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਾਜ ਪ੍ਰਿੰਸੀਪਲ ਡਾਕਟਰ ਕੁਲਵੰਤ ਸਿੰਘ ਫੁੱਲ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਵਿੱਚ ਬਹੁਤ ਮਤਵ ਰੱਖਦੀਆਂ ਹਨ ਤੇ ਨੌਜਵਾਨਾਂ ਨੂੰ ਸਮਾਜ ਵਿੱਚ ਅੱਗੇ ਵਧਣ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਵੀ ਜਾਗਰੂਕ ਹੋਣਾ ਪਵੇਗਾ ਇਸ ਦੌਰਾਨ ਪ੍ਰਬੰਧਕਾਂ ਵੱਲੋਂ ਸੰਤਰ ਲੋਕ ਸਿੰਘ ਜੀ ਦਾ ਸਰਪਾਉ ਤੇ ਯਾਦਗਾਰੀ ਚਿੰਦੇ ਕੇ ਸਨਮਾਨਿਤ ਕੀਤਾ ਗਿਆ ਜਾਣਕਰ ਦਿੰਦੇ ਆ ਪਾਵਰ ਲਿਫਟਿੰਗ ਚੈਂਪੀਅਨ ਦੇ ਸਰਪ੍ਰਸ ਤੇ ਪੰਜਾਬ ਪਾਵਰ ਲਿਫਟਿੰਗ ਦੇ ਜਨਰਲ ਸਕੱਤਰ 74 ਜਸਪ੍ਰੀਤ ਸਿੰਘ ਕੋਰਾਇਆ ਨੇ ਦੱਸਿਆ ਕਿ ਇਸ ਦੌਰਾਨ ਸੂਬੇ ਪਰ ਦੇ ਵਕ ਵਕ ਜੁੜਿਆਂ ਚੋਂ 300 ਤੋਂ ਵੱਧ ਲੜਕੇ ਤੇ ਲੜਕੀਆਂ ਭਾਗ ਲੈ ਰਹੀਆਂ ਹਨ ਇਸਤੋਂ ਅੱਜ ਪਹਿਲੇ ਦਿਨ ਖਬਰ ਲਿਖੇ ਜਾਣ ਤੱਕ ਅੱਜ ਹੋਏ ਮੁਕਾਬਲੇ ਵਿੱਚ 53 ਕਿਲੋ ਭਾਰ ਵਰਗ ਵਿੱਚ ਬਲਦੇਵ ਸਿੰਘ ਜਲੰਧਰ ਨੇ ਪਹਿਲਾ ਸਥਾਨ ਕਰਨਬੀਰ ਸਿੰਘ ਕਪੂਰਥਲਾ ਨੇ ਦੂਜਾ ਅਤੇ ਗੌਰਵ ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ ਉਨਾਰ ਕਿਲੋ ਭਾਰ ਵਰਗ ਵਿੱਚ ਰਾਗੂਬ ਕੁਮਾਰ ਨੇ ਪਹਿਲਾ ਸਥਾਨ ਰਾਹੁਲ ਨੇ ਦੂਜਾ ਅਤੇ ਪਰਵੀਨ ਕੁਮਾਰ ਤਿੰਨੋਂ ਲੁਧਿਆਣਾ ਦੇ ਨੇ ਤੀਜਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ 66 ਕਿਲੋ ਭਾਰ ਵਰਗ ਵਿੱਚ ਸਰਪਜੀਤ ਸਿੰਘ ਕਪੂਰਥਲਾ ਨੇ ਪਹਿਲਾ ਸਥਾਨ ਨਰਿੰਦਰਦੀਪ ਸਿੰਘ ਨੇ ਜਲੰਧਰ ਨੂਰਮੈਲ ਨੇ ਦੂਜਾ ਸਥਾਨ ਅਤੇ ਦਲਜੀਤ ਸਿੰਘ ਤਨਤਾਰਨ ਨੇ ਤੀਜਾ ਸਥਾਨ ਹਾਸਲ ਕੀਤਾ ਉਨਾਂ ਆਖਿਆ ਕਿ ਇਸ ਤੋਂ ਇਲਾਵਾ ਹੋਰ ਵੀ ਮੁਕਾਬਲੇ ਕਰਵਾਏ ਜਾਣਗੇ ਮੰਚ ਦਾ ਸੰਚਾਲਨ ਕੁਮੰਤਰੀ ਕੋਮੈਂਟਰ ਇੰਦਰਜੀਤ ਸਿੰਘ ਪੱਡਾ ਨੇ ਬਖੂਬੀ ਕੀਤਾ ਇਸ ਮੌਕੇ ਪ੍ਰੋਫੈਸਰ ਜਗਬੀਰ ਸਿੰਘ ਪੁੱਲਰ ਐਡਵੋਕੇਟ ਜਤਿੰਦਰਪਾਲ ਸਿੰਘ ਮਠਾੜੂ ਸਟੇਟ ਲੀਗਲ ਐਡਵਾਈਜ਼ਰ ਜਮਨ ਲਾਲ ਸੈਕਟਰੀ ਨਾਰਥ ਇੰਡੀਆ ਮੋਨ ਸਿੰਘ ਡਾਲਾ ਜਨਰਲ ਸਕੱਤਰ ਕਪੂਰਥਲਾ ਤ੍ਰਿਪਤਪਾਲ ਸਿੰਘ ਸੋਢੀ ਮਹਾਰਾਜਾ ਰਣਜੀਤ ਸਿੰਘ ਸਟੇਟ ਆਵਾਦੀ ਜਤਿੰਦਰ ਸਿੰਘ ਸੋਨੂ ਮੀਤ ਪ੍ਰਧਾਨ ਪੰਜਾਬ ਹਰਦੀਪ ਸਿੰਘ ਖਸਨ ਦਰਸ਼ਨ ਸਿੰਘ ਨਡਾਲਾ ਹਰਪਜਨ ਸਿੰਘ ਗੁਰਾਇਆ ਨਰਾਣਾ ਨਵਾਂ ਸ਼ਹਿਰ ਸ਼ੀਤਲ ਪੱਡਾ ਭੁਪਿੰਦਰ ਸਿੰਘ ਪੰਜਾਬ ਪੁਲਿਸ ਰਮੇਸ਼ ਕੁਮਾਰ ਦੀਪਕ ਕੁਮਾਰ ਅਮਰਸਰ ਕ੍ਰਿਸ਼ਨ ਲਾਲ ਜਲੰਧਰ ਸਿਮਰਜੀਤ ਸਿੰਘ ਗੁਰਾਇਆ ਅਤੇ ਹੋਰ ਹਾਜ਼ਰ ਸਨ